ਵੱਡੀ ਤੋਂ ਵੱਡੀ ਮਾੜੀ ਆਦਤ ਵੀ ਇਨਸਾਨ ਆਪਣੀ ਜ਼ਿੰਦਗੀ ਚੋਂ ਬਾਹਰ ਕੱਢ ਸਕਦਾ ਜੇ ਉਹ ਕੱਢਣਾ ਚਾਹੇ ਤਾਂ ਕਿੱਡਾ ਵੀ ਕੋਈ ਮਨੁੱਖ ਨਸ਼ੇੜੀ ਹੋਵੇ ਨਾ ਜੇ ਉਹ ਨਸ਼ੇ ਦੀ ਗੰਦੀ ਆਦਤ ਨੂੰ ਆਪਣੇ ਗਲੋਂ ਲਾਉਣਾ ਚਾਵੇ ਬਿਨਾ ਡਾਕਟਰ ਦੀ ਮਦਦ ਤੋਂ ਲਾ ਸਕਦਾ ਉਹਨੂੰ ਕਿਸੇ ਮੈਡੀਸਨ ਦੀ ਜ਼ਰੂਰਤ ਨਹੀਂ 2-4 ਦਿਨ ਉਹਨੂੰ ਤਕਲੀਫ ਹੋਣੀ ਹੈ ਮਨ ਪੱਕਾ ਕਰ ਲਵੇ ਵੀ ਨਹੀਂ ਕਰਨਾ ਤੇ ਨਹੀਂ ਕਰਨਾ ਬੜੇ ਲੋਕ ਇਦਾਂ ਦੇ ਹੈਗੇ ਜਿਨ੍ਹਾਂ ਦੀ 50 50 60 60 ਸਾਲ ਉਮਰ ਲੰਘੀ ਨਸ਼ਾ ਪੀਂਦੇ ਪਰ ਜਦੋਂ ਛੱਡਣ ਲੱਗੇ ਇਦਾਂ ਛੱਡਦਾ ਕਈਆਂ ਵਿਚਾਰਾਂ ਦੀ ਜ਼ਿੰਦਗੀ ਲਾਂਗੀ ਸੌਂਹਾਂ ਪਾਉਂਦਿਆਂ ਦੀ ਘਰ ਵਾਲੀਆਂ ਵਿਚਾਰੀਆਂ ਨੂੰ ਲਈ ਫਿਰਦੀਆਂ ਕਦੀ ਕਿਸੇ ਬਾਬੇ ਕੋ ਬਾਬਾ ਜੀ ਇਹਦੀ ਸੌਂਹ ਪਵਾਈ ਫੇਰ ਤੋੜ ਦਿੰਦਾ ਉਹਨਾਂ ਨੂੰ ਪਤਾ ਵੀ ਇੱਥੇ ਲੀਡਰ ਵੀ ਸੌਂਹਾਂ ਖਾ ਖਾ ਕੇ ਮੁਕਰ ਜਾਂਦੇ ਆ ਸਾਡੀ ਸੌਂਹ ਖਾਣ ਨਾਲ ਕੀ ਹੋ ਜਾਣਾ ਤੇ ਮੁਕਰ ਗਏ ਕਿੰਨੀਆਂ ਕੁੱਝ ਵਾਪਰ ਜਾਂਦਾ ਹਰ ਸਰਕਾਰ ਆਉਂਦੀ ਐ ਇਹ ਦਾਵਾ ਕਰਦੀ ਐ ਹੁਣ ਅਗਲੀ ਵਾਰੀ ਜਦੋਂ ਅਸੀਂ ਆਵਾਂਗੇ ਅਸੀਂ ਨਸ਼ਾ ਹਫ਼ਤੇ ਦੀ ਖਤਮ ਕਰ ਦੋ ਇਦਾਂ ਕਹਿੰਦੇ ਆ ਜੀ ਸਾਰੇ ਕਿਉਂ ਸਾਹ ਸਮਝੀ ਉਹ ਹਫ਼ਤਾ ਭਾਵੇਂ ਕਿਹੜਾ ਹੋਣਾ ਅਜੇ ਤੱਕ ਸਮਝ ਨਹੀਂ ਆਈ ਉਹ ਹਫਤਾ ਨਹੀਂ ਆ ਰਿਹਾ ਆਪਣੇ ਕੋਲ ਕੋਈ ਆਂਦਾ ਜੀ 15 ਦਿਨ ਦੇ ਦਿਓ ਮੈਂ ਆ ਕਰ ਦੂੰਗਾ ਇਹ ਤੋਂ ਸਮਝ ਆ ਜਾਣੀ ਚਾਹੀਦੀ ਹੈ ਕਿ ਕਿਤੇ ਨਾ ਕਿਤੇ ਸਾਡੇ ਲੋਕ ਵੀ ਸੁਧਰਨਾ ਉੱਚੀ ਬੋਲੋ ਜੀ ਨਹੀਂ ਚਾਹੁੰਦੇ ਸਾਡੇ ਹੱਡਾਂ 'ਚ ਇਹ ਗੱਲ ਬਹਿ ਚੁੱਕੀ ਹੈ ਇਹ ਇਮਾਨਦਾਰੀ ਆਪਣੇ ਘਰ ਤੋਂ ਸ਼ੁਰੂ ਕਰਨੀ ਪੈਣੀ ਹੈ ਸਾਨੂੰ ਇੱਕ ਦੋ ਵਾਰ ਕਿਸੇ ਬੰਦੇ ਦਾ ਚਲਾਨ ਕਟਿਆ ਜਾਊਗਾ ਇੱਕ ਦੋ ਵਾਰ ਜੇ ਕਿਸੇ ਬੰਦੇ ਨੂੰ ਸਜ਼ਾ ਹੋਏਗੀ ਨਾ ਆਪਣੇ ਆਪ ਸੁਧਰੇਗਾ ਅਹੀਂ ਤੇ ਮਾਫ਼ ਕਰਨਾ ਅਸੀਂ ਕਰਪਸ਼ਨ ਤੇ ਆ ਆ ਵਧਾਉਨੇ ਆ ਬੇਈਮਾਨੀ ਠੱਗੀ ਸਾਡੇ ਆਪਣੇ ਹੱਡਾਂ ਵਿੱਚ ਵੜ ਚੁੱਕੀ ਆ ਤੇ ਮਾਫ ਕਰਨਾ ਗੁੱਸਾ ਨਾ ਮਨਾਇਓ ਅੱਜ ਵਿਦੇਸ਼ਾਂ 'ਚ ਵੀ ਅਸੀਂ ਚਲੇ ਗਏ ਆ ਨਾ ਉੱਥੇ ਵੀ ਅਸੀਂ ਇਹ ਆਦਤਾਂ ਹੌਲੀ-ਹੌਲੀ ਉਹਨਾਂ ਦੇਸ਼ਾਂ ਵਿੱਚ ਵੀ ਸ਼ੁਰੂ ਕਰ ਦਿੱਤੀਆਂ ਵਾਂ ਉਹਨਾਂ ਦੇਸ਼ਾਂ 'ਚ ਵੀ ਇਹ ਕੰਮ ਹੌਲੀ-ਹੌਲੀ ਸ਼ੁਰੂ ਹੋ ਗਿਆ ਜਿਹੜੇ ਉੱਥੇ ਵੀ ਇਮਾਨਦਾਰ ਲੋਕ ਆ ਨਾ ਉਹ ਦੁਖੀ ਆ ਕਹਿੰਦੇ ਆਪਣੇ ਦੇਸ਼ ਦਾ ਗੰਦਾ ਸਿਸਟਮ ਉੱਥੇ ਛੱਡ ਕੇ ਆਓ ਇਸੇ ਸੋਹਣੇ ਸੋਹਣੇ ਦੇਸ਼ਾਂ ਵਿੱਚ ਆਣ ਕੇ ਗੰਦਗੀ ਆਪਾਂ ਨਾ ਪਾਈਏ ਪਰ ਗੱਲ ਇਹ ਹੋਣਾ ਬਿਜਨੋ ਵਿਚਾਰ ਮਾੜੇ ਆ ਜਿਹਨੂੰ ਖਿਆਲ ਮਾੜੇ ਆ ਜੋ ਸੰਗਤ ਮਾੜੀ ਆ ਜਿਹੋ ਜਾਂ ਬੰਦਾ ਹੋਏਗਾ ਉਹੋ ਜਿਹਾ ਉੱਥੇ ਉਹਨੇ ਮਾਹੌਲ ਸर्ज ਦੇਣਾ ਵਾ ਤੇ ਗੁਰੂ ਸਾਹਿਬ ਜੀ ਨੇ ਸਾਡੇ ਤੇ ਕਿੱਡਾ ਵੱਡਾ ਪਾਪਕਾਰ ਕੀਤਾ ਕਿੱਡਾ ਵੱਡਾ ਸਾਨੂੰ ਗਿਆਨ ਉਪਦੇਸ਼ ਦਿੱਤਾ ਰੋਜ਼ ਬਾਣੀ ਪੜਨ ਵਾਸਤੇ ਰੋਜ਼ ਆਪਣੇ ਘਰਾਂ ਵਿੱਚ ਸਵੇਰੇ ਬਾਣੀ ਦੀ ਵਿਚਾਰ ਤੋਂ ਸ਼ੁਰੂਆਤ ਕਰੋ ਪੜਨੋ ਜਿਆਦਾ ਨਹੀਂ ਪਹਿਲਾਂ ਬਾਣੀ ਦੇ ਪਾਠ ਤੋਂ ਸ਼ੁਰੂਆਤ ਕਰ ਲਓ ਨਹੀਂ ਜਿਆਦਾ ਪੜ ਸਕਦੇ ਜਪਜੀ ਸਾਹਿਬ ਦੀਆਂ ਪੰਜ ਪੌੜੀਆਂ ਤੋਂ ਸ਼ੁਰੂਆਤ ਕਰ ਲਓ ਬੱਚਿਆਂ ਨੂੰ ਫਤੇ ਬੁਲਾਉਣ ਦੀ ਆਦਤ ਹੀ ਪਾ ਦਿਓ ਛੋਟੀਆਂ ਛੋਟੀਆਂ ਗੱਲਾਂ ਨੇ ਜਿਹੜੀਆਂ ਅਸੀਂ ਆਪਣੇ ਘਰਾਂ ਵਿੱਚ ਖੁਦ ਆਪ ਲਾਗੂ ਕਰ ਸਕਦੇ ਆ ਜਿੱਦਾਂ ਦਾ ਤੁਸੀਂ ਮਾਹੌਲ ਸਿਰਜੋਗੇ ਜਿੱਦਾਂ ਦੀ ਤੁਸੀਂ ਸੰਗਤ ਦੇਓਗੇ ਆਪਣੇ ਬੱਚਿਆਂ ਨੂੰ ਉਦਾਂ ਦਾ ਅਸਰ ਉਹਨਾਂ ਤੇ ਪੈਣਾ ਸ਼ੁਰੂ ਹੋਏਗਾ ਸੰਗਤ ਬਦਲੋ ਵਿਚਾਰ ਬਦਲੋ ਉਹਨਾਂ ਦੇ ਜਦੋਂ ਅਸੀਂ ਸੰਗਤ ਬਦਲਾਂਗੇ ਵਿਚਾਰ ਬਦਲਾਂਗੇ ਜੀਵਨ ਤਬਦੀਲ ਹੋਏਗਾ ਪਾਤਸ਼ਾਹ ਜੀ ਕਹਿੰਦੇ ਤਾਂ ਹਜ਼ੂਰ ਕਹਿੰਦੇ ਨੇ ਸਤ ਸੰਗਤ ਸ਼ਰਣ ਤੁਮਾਰੀ ਹਮ ਅਵਗਣੋਂ ਤੁਮ ਉਪਕਾਰੀ ਅਸੀਂ ਅਵਗਣਾਂ ਨਾਲ ਭਰੇ ਪਏ ਆ ਤੇ ਤੁਸੀਂ ਪਰਪਕਾਰੀ ਹੋ ਤੁਮ ਚੰਦਨ ਏਕਾਲਪਿਕ ਤੁਸੀਂ ਚੰਦਨ ਨੂੰ ਵੈਸੇ ਨਾ ਬਾਣੀ ਚ ਦਰਖਤਾਂ ਹੋਰ ਵੀ ਬਹੁਤ ਚੰਗਿਆ ਪਰ ਸਭ ਤੋਂ ਵੱਧ ਤਾਰੀਫ ਚੰਦਨ ਦੀ ਕੀਤੀ ਬਾਣੀ ਚ ਕਿਉਂ ਭਲਾ ਕਿਉਂਕਿ ਚੰਦਨ ਦੀ ਖਾਸੀਅਤ ਪਤਾ ਕੀ ਆ ਚੰਦਨ ਦੇ ਲਾਗੇ ਜਿੰਨੀ ਵੀ ਬਨਸਪਤੀ ਉਗਦੀ ਆ ਚੰਦਨ ਆਪਣੀ ਸੁਗੰਧੀ ਉਹਨਾਂ ਚ ਭਰ ਦਿੰਦਾ ਤੁਸੀਂ ਅਮਰੂਦ ਦਾ ਪੱਤਾ ਤੋੜੋ ਅਮਰੂਦ ਲੱਗਾ ਹੋਇਆ ਵਾ ਪੌਦੇ ਦੇ ਨਾਲ ਪਰ ਜਿਹੜੀ ਮਿਠਾਸ ਅਮਰੂਦ ਵਿੱਚੋਂ ਆ ਰਹੀ ਆ ਨਾ ਉਹ ਪੱਤੇ 'ਚੋਂ ਨਹੀਂ ਆਉਣੀ ਲਾਗੇ ਟਾਣੀ 'ਚ ਨਹੀਂ ਆਉਣੀ ਕਿਉਂਕਿ ਉਹਨੇ ਵੰਡੀ ਨਹੀਂ ਨਾ ਅਗੇ ਹੁਣ ਤੁਸੀਂ ਆਂਬ ਤੋੜ ਕੇ ਚੁੱਪੋ ਜਿਹੜੀ ਮਿਠਾਸ ਆਂਬ 'ਚੋਂ ਲਾਗੇ ਪੱਤੇ ਆ ਟਾਣੀਆਂ ਉਹਨਾਂ 'ਚੋਂ ਨਹੀਂ ਆ ਰਹੀ ਪਰ ਚੰਦਨ ਦੀ ਸੁਗੰਧੀ ਲਾਗੇ ਬਨਸਪਤੀ 'ਚ ਵੀ ਆ ਰਹੀ ਕਬੀਰ ਚੰਦਨ ਕਾ ਬਿਰਵਾ ਪਲਾ ਬੇੜੇ ਉ ਢਾਕ ਪਲਾਸ ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਗੁਰੂ ਚੰਦਨ ਵਾ ਜਿਹੜਾ ਗੁਰੂ ਚੰਦਨ ਦੇ ਕੋਲ ਆਉਂਦਾ ਵਾ ਗੁਰੂ ਆਪਣੀ ਸੁਗੰਧੀ ਉਹਦੇ ਵਿੱਚ ਭਰ ਦਿੰਦਾ ਆ ਸੁਗੰਧੀ ਲੈਣੀ ਬੈਠੇ ਆਪਾਂ ਕਿ ਮਹਾਰਾਜ ਤੁਹਾਡੇ ਵਿੱਚ ਗੁਣ ਵਾ ਤੁਸੀਂ ਆਪਣੀ ਗੁਣਾ ਦੀ ਸੁਗੰਧੀ ਸਾਡੇ 'ਚ ਵੀ ਭਰ ਦੋ ਅਸੀਂ ਵੀ ਗੁਣਾ ਦੇ ਮਾਲਕ ਹੋ ਸਕੀਏ ਗੁਣ ਗਾਉਣ ਦਾ ਅਰਥ ਹੀ ਇਹ ਆ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਚੰਗੇ ਗੁਣ ਧਾਰਨ ਕਰ ਸਕੀਏ ਤੁਮ ਚੰਦਨਾ ਹਮ ਅਰਿੰਡ ਬਾਪਰੇ ਅਸੀਂ ਹਰਿੰਡ ਦੇ ਬੂਟੇ ਆ ਜਿਹੜੇ ਕਿਸੇ ਕੰਮ ਨਹੀਂ ਆਉਣ ਜੋਗੇ ਤੁਸੀਂ ਚੰਦਨ ਦੇ ਬੂਟੇ ਹੋ ਤਹਾਡੇ ਕੋਲ ਆਣ ਕੇ ਨਾ ਸਾਡੇ ਵਿੱਚ ਵੀ ਹੁਣ ਸੁਗੰਧੀ ਭਰ ਜਾਏ ਤੂੰ ਚੰਦਨਾ ਹਮ ਅਰਿੰਡ ਬਾਪਰੇ ਸੰਗ ਤੁਮਾਰੇ ਬਾਸਾ ਹੁਣ ਸਾਡਾ ਸੰਗ ਤੁਹਾਡੇ ਨਾਲ ਹੋ ਗਿਆ ਨੀਚ ਰੂਖ ਤੇ ਊਚ ਭਏ ਹੈ ਅਸੀਂ ਨੀਵੇਂ ਰੁੱਖ ਤੋਂ ਉੱਚੇ ਬਣ ਗਏ ਆ ਗੰਧ ਸੁਗੰਧ ਨਿਵਾਸਾ ਹੁਣ ਸਾਡੇ ਵਿੱਚ ਵੀ ਸੁਗੰਧੀ ਆਉਣ ਲੱਗ ਪਈ ਆ ਸਾਡੇ ਵਿੱਚ ਵੀ ਸੋਹਣੀ ਖੁਸ਼ਬੂ ਆਉਣ ਲੱਗ ਪਈ ਆ ਕਾਦੀ ਗੁਣਾ ਦੀ ਇਹ ਗੁਣ ਖੁਸ਼ਬੂ ਆ ਸਾਹ ਸੰਗਤ ਜੀ ਸਤ ਸੰਤੋਖ ਦਇਆ ਧਰਮ ਧੀਰਜ ਤੁਸੀਂ ਕਿਸੇ ਵੀ ਇਨਸਾਨ ਦੀ ਜਦੋਂ ਵਡਿਆਈ ਕਰਦੇ ਹੋ ਨਾ ਉਹਦੀ ਚੰਗਿਆਈ ਦੀ ਵਡਿਆਈ ਹੁੰਦੀ ਆ ਸਰੀਰ ਦੀ ਵਡਿਆਈ ਤੇ 2 4 10 ਮਿੰਟ ਤੋਂ ਵੱਧ ਨਹੀਂ ਕਰ ਸਕਦੇ ਆ ਮੰਨ ਲਓ ਕਿਸੇ ਦੇ ਬੰਦੇ ਦੇ ਤਨ ਦੀ ਤਾਰੀਫ ਕਰਨੀ ਹੋਵੇ ਕਿੰਨੀ ਕੁ ਟਾਈਮ ਕਰੋਗੇ